ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਸ਼ਤਨ ਸ਼ਰਮਾ ਜੀ ਦੇ ਨਿਰਦੇਸ਼ ਹੇਠ ਜਲੰਧਰ ਪੁਲਿਸ ਲਗਾਤਾਰ ਜਿਹੜਾ ਹੈਗਾ ਚੋਰ ਸਨੈਚਰ ਅਤੇ ਜਿਹੜੇ ਵੀ ਕ੍ਰਿਮੀਨਲ ਐਲੀਮੈਂਟ ਹੈ ਉਹਨਾਂ 'ਤੇ ਲਗਾਤਾਰ ਕਾਰਵਾਈ ਜਿਹੜੀ ਹੈ ਕਰੀ ਗਈ। ਉਸੀ ਸੀਰੀਜ਼ 'ਤੇ ਅਸੀਂ ਅੱਜ ਤੁਹਾਨੂੰ ਲਗਭਗ ਦੋ ਕੇਸਿਸ ਦੀ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਜੀ, ਜਿਹਦੇ 'ਚ ਦੋ ਕੇਸਿਸ 'ਚ ਜਿਹੜੇ ਸਨੈਚਰਸ ਥੈਫਟ ਵਾਲੇ ਜਿਹੜੇ ਗਿਰੋਹ ਹੈਗੇ ਉਹ ਅਸੀਂ ਜਿਹੜੇ ਹੈਗੇ ਫੜੇ ਹੈਗੇ। ਡਿਵੀਜ਼ਨ ਦਾ ਹੈਗਾ ਪੁਲਿਸ ਸਟੇਸ਼ਨ ਬਾਬਾ ਜੇਲ ਦਾ, ਜਿੱਥੇ ਕਿ ਜਿਹੜੇ ਗਿਰੋਹ ਚੋਰੀ ਕਰਦਾ ਸੀ ਇਹਦੇ ਨਾਲ ਹੀ ਫੋਨ ਫਾਨ ਜਿਹੜੇ ਇਹਨੇ ਖੁੰਡਾ ਸੀ। ਇਸ ਸੀਰੀਜ਼ ਦੇ ਵਿੱਚ ਇੱਕ 158 ਨੰਬਰ ਆ ਗਿਆ, 302 BNS ਅਤੇ ਨਾਲੇ 317 BNS ਦਾ ਵੱਧ ਰਜਨ ਦਾ ਹੇਠ ਪੁਲਿਸ ਸਟੇਸ਼ਨ ਬਸਤੀ ਬਾਬਾ ਕੇਲ ਰਜਿਸਟਰ ਕੀਤੀ ਗਈ। ਅਸੀਂ ਜਿਹੜਾ ਹੈਗਾ ਇਹਦੇ 'ਚ ਪੂਰਾ ਟੈਕਨੀਕਲ ਐਂਡ ਹਿਊਮੈਨਿਟ ਨਾਲੇ ਵਰਕ ਕੀਤਾ ਸੀ, ਸਾਡੀ ਵੱਖਰੋ ਟੀਮਾਂ ਨੇ ਐਫਰਟ ਕਰਕੇ ਜਿਹੜੇ ਹੈਗੇ ਇਹਦੇ 'ਚ ਦੋ ਬੰਦੇ ਗੁਰਪ੍ਰੀਤ ਤੋਂ ਮਨਪ੍ਰੀਤ, ਗੁਰਪ੍ਰੀਤ 'ਚ ਪਹਿਲਾਂ ਇੱਕ ਬੱਚਾ ਹੈਗਾ, ਮਨਪ੍ਰੀਤ 'ਚ ਪਹਿਲਾਂ 5 ਬੱਚੇ ਹੈਗੇ, ਦੋਨੋਂ ਕਪੂਰਥਲਾ ਦੇ ਰਹਿਣ ਵਾਲੇ ਹੈਗੇ। ਇਹਨਾਂ ਤੋਂ ਜਿਹੜਾ ਹੈਗਾ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਸਪਲੈਂਡਰ, ਇੱਕ ਸਕੂਟਰੀ ਔਰ ਮੋਬਾਈਲ ਫੋਨ ਇੱਕ ਔਰ ਹੋਏ ਹੈਗੇ। ਤੋ ਜਿਹੜਾ ਆਹ ਜਿਹੜੇ ਹੈਗੇ ਵੈਸਟ ਸਬ ਡਿਵੀਜ਼ਨ 'ਤੇ ਲੁੱਟ ਖੋਹ ਅਤੇ ਜਿਹੜੀ ਚੋਰੀਆਂ ਦੀ ਵਾਰਦਾਤਾਂ ਕਰਦੇ ਸੀ, ਅਸੀਂ ਇਹਨਾਂ ਨੂੰ ਜਿਹੜਾ ਹੈਗਾ ਕਾਊਂਟਰ ਕੀਤਾ ਹੈਗਾ। ਹੁਣ ਅਸੀਂ ਇਹਨਾਂ ਦੀ ਫਰਦਰ ਤਫਤੀਸ਼ ਜਿਹੜੀ ਹੈਗੀ ਕਰਦੇ ਹਾਂ। ਇੱਕ ਅਨਦਰ ਕੇਸ ਜਿਹੜਾ ਹੈਗਾ ਉਹ ਸਬ ਡਿਵੀਜ਼ਨ ਮਾਡਲਗੰਜ ਦਾ ਹੈਗਾ, ਜਿੱਥੇ ਅਸੀਂ 210 ਨੰਬਰ ਆ ਪਈ ਆ ਪੁਲਿਸ ਸਟੇਸ਼ਨ ਦੇ ਨੰਬਰ 6 ਦਰਜ ਕੀਤੀ ਹੈਗੀ ਅੰਡਰ ਸੈਕਸ਼ਨ 303 BNS ਪੁਲਿਸ ਸਟੇਸ਼ਨ ਦੇ ਨੰਬਰ 6। ਇਹਦੇ 'ਚ ਜਿਹੜਾ ਬੰਦਾ ਹੈਗਾ ਉਹਦਾ ਨਾਮ ਹਰਜਿੰਦਰ ਅਲੀਅਸ ਜਿੰਦਾ ਹੈਗਾ। ਇਹਦੇ 'ਚ ਇਹਦੇ ਤੋਂ ਇੱਕ ਬਾਈਕ ਉਹ 4 ਜਿਹੜੀ ਸੋਨੇ ਦੀ ਬਾਈਆਂ ਉਹ ਰਿਕਵਰ ਕੀਤੀ ਗਈ ਆ ਜੀ। ਇਹਦੀ ਰਿਕਵਰੀ ਲਈ ਸਪੈਸ਼ਲ ਐਫਰਟ ਸਾਡੇ SHO 6 ਨੰਬਰ ਵੱਲੋਂ ਕੀਤੇ ਗਏ ਸੀ। ਇਹਦੇ 'ਚ ਜਿਹੜਾ ਹੈਗਾ ਜਿਹੜੀ ਮੋਟਰਸਾਈਕਲ ਹੈਗੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ, ਵੈਦਰ ਉਹ ਚੋਰੀ ਦਾ ਹੈ ਜਾਂ ਸਨੈਚ ਕੀਤਾ ਹੈਗਾ ਉਹ ਅਸੀਂ ਚੈੱਕ ਕਰ ਰਹੇ ਹੈਗੇ। ਆਹ ਜਿਹੜਾ ਹਰਜਿੰਦਰ ਹੈਗਾ ਆਹ ਵੀ ਜ਼ਿਲ੍ਹਾ ਕਪੂਰਥਲੇ ਦਾ ਰਹਿਣ ਵਾਲਾ ਹੈ। ਆਹ ਜਿਹੜਾ ਹਰਜਿੰਦਰ ਜਿਹੜਾ ਹੈਗਾ ਆਹ ਪਹਿਲਾਂ ਵੀ ਜਲੰਧਰ ਦਾ ਇੱਕ ਮੁਕੱਦਮਾ 6 ਨੰਬਰ ਦੇ ਵਿੱਚ ਲੋੜੀਂਦਾ ਹੈਗਾ, ਜਿਹਨੇ ਇੱਥੇ ਇੱਕ ਜਿਹੜਾ ਕੈਫੇ ਦੇ ਬਾਅਦ ਸਨੈਚਿੰਗ ਕੀਤੀ ਸੀਗੀ। ਇਸ ਤੋਂ ਇਲਾਵਾ ਇੱਕ ਹੋਰ ਮੁਕੱਦਮਾ ਜਲੰਧਰ ਦੇ ਅਤੀ ਲਾਂਬੜਾ ਦੇ ਵਿੱਚ ਸਨੈਚਿੰਗ ਦਾ ਦਰਜ ਹੈਗਾ, ਉੱਥੇ ਵੀ ਆ ਲੋੜੀਂਦਾ ਹੈਗਾ। ਤੋ ਆਹ ਦੋ ਕੇਸਿਸ ਦੇ ਵਿੱਚ ਲੋੜੀਂਦਾ ਹੈਗਾ। ਇਸ ਹਰਜਿੰਦਰ ਦੇ ਜਿਹੜੇ ਆਲਰੇਡੀ ਜਿਹੜੇ 3 ਮੁਕੱਦਮੇ ਹੈਗੇ ਪੁਰਾਣੇ ਜਿਹੜੇ ਦਰਜ ਹੈਗੇ, ਅਸੀਂ ਇਹਦੇ ਜਿਹੜੇ ਐਸੋਸੀਏਟਸ ਹੈਗੇ ਅਸੀਂ ਉਹ ਚੈੱਕ ਕਰੇ ਹੈਗੇ ਕਿ ਇਹਦੇ ਨਾਲ ਕੌਣ ਕੌਣ ਸੀ, ਆ ਕਿੱਥੇ ਬੇਸਟਰ ਸੀ। ਅਕੋਰਡਿੰਗਲੀ ਅਸੀਂ ਇਨਵੈਸਟੀਗੇਸ਼ਨ ਦੇ ਤਹਿਤ ਦੋਨੋਂ ਕੇਸਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਸਾਡੀ ਟੀਮਾਂ ਨੇ ਵਧੀਆ ਕੰਮ ਕੀਤਾ ਹੈਗਾ, ਉਹ ਕਾਮਯਾਬੀ ਹਾਸਿਲ ਕੀਤੀ ਗਈ। ਸਰ ਜਿਹੜਾ ਆਪਣਾ ਕਹਿੰਦੇ ਤੁਸੀਂ ਬਾਬਾ